ਤੁਸੀਂ ਦੇਖ ਰਹੇ ਹੋ ਫਾਈਵ ਵੁੱਡ ਮੀਡੀਆ ਮੈਂ ਹਾਂ ਪ੍ਰਿੰਸ ਗਰਗ ਸਾਡੇ ਨਾਲ ਬਹੁਤ ਹੀ ਪਿਆਰੇ ਖੂਬਸੂਰਤ ਐਕਟਰਸ ਮੌਜੂਦ ਨੇ ਨੇਹਾ ਪਵਾਰ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਫਿਲਮ ਆਈ ਸੀ ਪੌਣੇ ਨੂੰ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਵਧੀਆ ਤੁਸੀਂ ਦੱਸੋ ਠੀਕ ਹੋ ਅੱਛਾ ਤੁਸੀਂ ਬਹੁਤ ਮਿਹਨਤ ਕੀਤੀ ਪੌਣੇ ਨੂੰ ਫਿਲਮ ਆਈ ਸੀਗੀ ਲੇਕਿਨ ਕੀ ਕਾਰਨ ਐਸੇ ਰਹੇ ਕਿ ਉਹਨਾਂ ਨੂੰ ਲੋਕਾਂ ਨੇ ਐਕਸੈਪਟ ਨਹੀਂ ਕਰ ਪਾਏ ਜਾਂ ਕੀ ਐਸਾ ਕਨਸੈਪਟ ਨਹੀਂ ਰਿਹਾ ਜਿੱਦਾਂ ਮੈਂ ਕਿਹਾ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਕਿ 24 ਕੱਟ ਲੱਗੇ ਸੀਗੇ ਆਪਣੀ ਫਿਲਮ 'ਚ ਸੈਂਸਰ ਨੇ ਲਗਾਏ ਸੀ ਤਾਂ ਉਹ ਆਪਾਂ OTT ਤੇ ਹੁਣ ਰਿਲੀਜ਼ ਕਰਾਂਗੇ ਤੇ ਫਿਲਮ ਦਾ ਪਤਾ ਚੱਲੇਗਾ ਕਿਉਂਕਿ ਅੱਧੀ ਤੋਂ ਜ਼ਿਆਦਾ ਫਿਲਮ ਕੱਟ ਹੋ ਗਈ ਸੀ ਸੋ ਕਦੀ ਵੀ ਅਧੂਰੀ ਚੀਜ਼ ਤੇ ਤੁਸੀਂ ਜੱਜ ਨਹੀਂ ਕਰ ਸਕਦੇ ਕਿਸੇ ਚੀਜ਼ ਨੂੰ ਬਾਕੀ ਨਹੀਂ ਆਡੀਅੰਸ ਹਮੇਸ਼ਾ ਜੋ ਦੇਖਦੀ ਹੈ ਪ੍ਰੋਜੈਕਟ ਸਾਹਮਣੇ ਉਹਦੇ ਆਉਂਦਾ ਹੀ ਹੈਗਾ ਹੈ ਨਾ ਤੁਸੀਂ ਪ੍ਰੋਜੈਕਟ ਬੜਾ ਅੱਛਾ ਪੇਸ਼ ਕੀਤਾ ਠੀਕ ਹੈ ਕੱਟ ਲੱਗੇ ਲੇਕਿਨ ਫਿਲਮ ਸੀਗੀ ਲੇਕਿਨ ਆਖਿਰ 'ਚ ਤੁਹਾਨੂੰ ਕੀ ਲੱਗਦਾ ਕਿ ਐਸਾ ਮੇਨ ਕਾਰਨ ਰਿਹਾ ਜਿਹਦੇ ਕਰਕੇ ਉਹਨਾਂ ਨੂੰ ਲੋਕਾਂ ਨੇ ਐਕਸੈਪਟ ਨਹੀਂ ਕੀਤਾ ਗਾ ਐਸਾ ਕੀ ਕਾਰਨ ਮੇਨ ਕਾਰਨ ਇਹੀ ਹੈ ਕਿ ਕੱਟਸ ਜੋ ਫਿਲਮ 'ਚ ਲੱਗੇ ਸੀ ਫਿਲਮ ਅਧੂਰੀ ਸੀ ਉਹ ਮੈਨੂੰ ਵੀ ਪਤਾ ਹੈ ਆਈ ਨੋ ਅਬਾਊਟ ਇਟ ਹਾਂ ਕਿਉਂਕਿ ਜੋ ਮੈਂ ਦੇਖਿਆ ਆ ਜੋ ਅਸੀਂ ਕੀਤਾ ਸੀ ਉਹ ਤੋਂ ਥੋੜ੍ਹਾ ਡਿਫਰੈਂਟ ਸੀਗਾ ਸਕਰੀਨ 'ਤੇ ਬਿਕੋਜ਼ ਜਦੋਂ ਫਿਲਮ 'ਚ ਕੱਟ ਲੱਗ ਜਾਂਦੇ ਆ ਤਾਂ ਉਹ ਚੀਜ਼ਾਂ ਕਿਰਦਾਰ ਕਿਰਦਾਰ ਨਾਲ ਮਿਲ ਨਹੀਂ ਪਾਉਂਦਾ ਸੋ ਮੇ ਬੀ ਦੈਟ ਇਜ਼ ਦ ਰੀਜ਼ਨ ਬਾਕੀ ਆਡੀਅੰਸ ਜਨਤਾ ਜਨਾਰਦਨ ਇਟ ਡਿਪੈਂਡਸ ਹੁੰਦਾ ਮੈਂ ਉਹਨਾਂ ਨੂੰ ਕੀ ਵਧੀਆ ਲੱਗਦਾ ਕੀ ਵਧੀਆ ਨਹੀਂ ਲੱਗਦਾ ਆਪਾਂ ਕੁਛ ਨਹੀਂ ਕਹਿ ਸਕਦੇ ਹੋਰ ਦੇ ਮੁਕਾਬਲੇ ਤੁਹਾਡੀ ਕਿੰਨੀ ਕੁ ਮਿਹਨਤ ਸੀ ਉਹਦੇ ਵਿੱਚ ਵਾਕਿਆ ਦੇ ਵਿੱਚ ਬਾਅਦ ਦੇ ਵਿੱਚ ਆਪਾਂ ਇਕੁਅਲੀ ਮਿਹਨਤ ਸੀ ਫਿਲਮ ਨੂੰ ਲੈ ਕੇ ਜਦੋਂ ਵੀ ਕੋਈ ਪ੍ਰੋਜੈਕਟ ਬਣਾਉਂਦੇ ਸਾਰੀ ਟੀਮ ਮਿਹਨਤ ਕਰਦੀ ਹੈ ਇਹ ਸਿਰਫ ਐਕਟਰਸ ਮਿਹਨਤ ਨਹੀਂ ਕਰਦੇ ਜਾਂ ਸਿਰਫ ਪ੍ਰੋਡਿਊਸਰ ਜਾਂ ਡਾਇਰੈਕਟਰ ਨਹੀਂ ਇਹ ਹਰੇਕ ਸਪੋਟ ਬੋਏ ਤੋਂ ਲੈ ਕੇ ਪੂਰੀ ਟੀਮ ਪ੍ਰੋਡਕਸ਼ਨ ਦੀ ਡਾਇਰੈਕਸ਼ਨ ਦੀ ਸਾਰਿਆਂ ਦੀ ਮਿਹਨਤ ਹੁੰਦੀ ਆ ਅਤੇ ਜਦੋਂ ਵੀ ਕੋਈ ਪ੍ਰੋਜੈਕਟ ਰਿਲੀਜ਼ ਹੁੰਦਾ ਸਾਰਿਆਂ ਨੂੰ ਐਕਸਪੈਕਟੇਸ਼ਨ ਹੁੰਦੀ ਆ ਬਟ ਇਹ ਤਾਂ ਇਟ ਇਜ਼ ਰਿਸਕ ਬਿਜ਼ਨਸ ਰਾਈਟ ਇਹ ਆਡੀਅੰਸ 'ਤੇ ਡਿਪੈਂਡ ਕਰਦਾ ਹੈ ਜੋ ਕੀ ਉਹਨਾਂ ਨੂੰ ਪਸੰਦ ਆਏਗਾ ਹਰੇਕ ਬੰਦਾ ਆਪਣੇ ਪੁਆਇੰਟ ਆਫ ਵਿਊ ਨਾਲ ਫਿਲਮ ਦੇਖਦਾ ਹੈ ਸੋ ਆਈ ਕਾਂਟ ਕਮੈਂਟ ਔਨ ਦੈਟ ਇੱਕ ਚੀਜ਼ ਹੋਰ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਵੈਸੇ ਆਪਾਂ ਮੰਨਦੇ ਹਾਂ ਪੰਜਾਬੀ ਲੋਕਾਂ ਕਿ ਪੌਣ ਕਹਿੰਦੇ ਵੀ ਪੌਣ ਚੰਗੀ ਨਹੀਂ ਹੁੰਦੀ ਆ ਪੌਣੇ ਆਪਾਂ ਕਹਿੰਦੇ ਨਾ ਘਰੋਂ ਤੁਰਦੇ ਕਈ ਵਾਰ ਭਾਈ ਪੌਣ 'ਚ ਨਾ ਤੁਰਿਓ ਤਾਂ ਤੁਹਾਡੀ ਫਿਲਮ ਦਾ ਨਾਮ ਹੀ ਪੌਣੇ ਨੂੰ ਰੱਖਿਆ ਗਿਆ ਸੀ ਸੋ ਜਦੋਂ ਰੱਖਿਆ ਸੀ ਤੁਸੀਂ ਉਸ ਵੇਲੇ ਨਹੀਂ ਸੋਚਿਆ ਕਿ ਥੋੜ੍ਹਾ ਜਿਹਾ ਬਹੁਤ ਵੀ ਹਾਂ ਯਾਰ ਇਹ ਨਾਮ ਸ਼ਾਇਦ ਕਰਨਾ ਮੈਂ ਆਈ ਡੋਂਟ ਬਿਲੀਵ ਇਨ ਆਲ ਦੈਟ ਮੈਂ ਇਹਨਾਂ ਸਭ ਚੀਜ਼ਾਂ 'ਚ ਬਿਲੀਵ ਨਹੀਂ ਕਰਦੀ ਆਈ ਬਿਲੀਵ ਇਨ ਹਾਰਡ ਵਰਕ ਐਂਡ ਓਨੈਸਟੀ ਅਤੇ ਬਾਕੀ ਜੋ ਹੁੰਦਾ ਜੋ ਪਰਮਾਤਮਾ ਚਾਹੇ ਉਹੀ ਹੁੰਦਾ ਹੈ ਸੋ ਵੀ ਕਾਂਟ ਹੈਲਪ ਇਟ ਆਉਣ ਵਾਲੇ ਸਮੇਂ ਵਿੱਚ ਕਿ ਨੇਹਾ ਪਵਾਰ ਨੂੰ ਲੋਕ ਇੱਦੂ ਵੀ ਵਧੀਆ ਕਿਰਦਾਰ ਦੇ ਵਿੱਚ ਹੋਰ ਮਿਹਨਤ ਨਾਲ ਲਿਖਣ ਦੀ ਹਾਂ ਮੇਰਾ ਨੈਕਸਟ ਰਿਲੀਜ਼ ਹੈ ਚਿੜੀਆਂ ਦਾ ਚੰਬਾ ਜੋ 13 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਆ ਅਤੇ ਉਸ ਬਾਰੇ ਆਪਾਂ ਹੁਣ ਨੈਕਸਟ ਗੱਲ ਕਰਾਂਗੇ ਸੋ ਔਨ ਗਰਾਊਂਡ ਜਦੋਂ ਪ੍ਰਮੋਸ਼ਨ ਸਟਾਰਟ ਹੋਣਗੇ ਟੀਜ਼ਰ ਰਿਲੀਜ਼ ਹੋ ਚੁੱਕਿਆ ਇਟਸ ਅ ਵੈਰੀ ਬਿਊਟੀਫੁਲ ਟੀਜ਼ਰ ਅਗਰ ਤੁਸੀਂ ਵੇਖਿਆ ਹੋਵੇ ਤਾਂ ਸੋ ਫਿਰ ਆਪਾਂ ਉਸ ਬਾਰੇ ਡਿਸਕਸ਼ਨ ਕਰਾਂਗੇ ਕਮਾਲ ਬਾ ਕਮਾਲ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਇਹ ਸਾਡੇ ਨਾਲ ਨੇਹਾ ਪਵਾਰ ਜੀ ਸੀਗੀ ਇਹ ਫਿਲਮ ਪਿੱਛੇ ਜਾਈ ਸੀ ਪੌਣੇ ਨੂੰ ਉਹਦੇ ਬਾਰੇ ਕੁਝ ਗੱਲਬਾਤ ਕੀਤੀ ਅਤੇ ਆਉਣ ਵਾਲੀ ਮੂਵੀ ਚਿੜੀ ਦਾ ਚੰਬਾ ਵੀ ਆਉਣ ਵਾਲੀ ਉਹਦੇ ਬਾਰੇ ਆਪਾਂ ਫਿਰ ਗੱਲ ਕਰਾਂਗੇ ਬਣੇ ਰਹੋ ਫਾਈਵ ਵੁੱਡ ਮੀਡੀਆ ਦੇ ਨਾਲ ਧੰਨਵਾਦ